ਇੱਕ ਪਾਸੇ ਜਿੱਥੇ ਪੰਜਾਬ ਦੇ ਵਿੱਚ ਕਿਸਾਨ ਦਿੱਲੀ ਜਾਣ ਲਈ ਤਿਆਰੀਆਂ ਕਸ ਰਹੇ ਹਨ, ਉੱਥੇ ਹੀ ਦੂਸਰੇ ਪਾਸੇ ਸ਼ੰਭੂ ਬਾਰਡਰ 'ਤੇ ਪੁਲਿਸ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਰੋਕਣ ਦੀ ਵੱਡੀ ਤਿਆਰੀ ਕੀਤੀ ਹੈ ਅਤੇ ਪੁਲਿਸ ਨੇ ਬਾਰਡਰ 'ਤੇ ਅੱਜ ਮੌਕ ਡਰਿਲ ਕਰਕੇ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਹੈ। ਪੁਲਿਸ ਨੇ ਮੌਕ ਡਰਿਲ ਦੌਰਾਨ ਹੰਝੂ ਗੈਸ ਦੇ ਗੋਲੇ ਵੀ ਛੱਡੇ, ਇਸ ਦੌਰਾਨ ਬਾਰਡਰ 'ਤੇ ਹਫੜਾ ਦਫੜੀ ਮਚੀ ਵਿਖਾਈ ਦਿੱਤੀ। ਇਸ ਮੌਕ ਡਰਿਲ ਰਾਹੀਂ ਪੁਲਿਸ ਨੇ ਕਿਸਾਨਾਂ ਨੂੰ ਸਪਸ਼ਟ ਸੰਦੇਸ਼ ਦਿੱਤਾ ਕਿ ਉਹ ਭਲਕੇ ਹੋਣ ਵਾਲੇ ਦਿੱਲੀ ਕੂਚ ਦੇ ਟਰੈਕਟਰ ਮਾਰਚ ਵਿੱਚ ਸ਼ਾਮਲ ਨਾ ਹੋਣ। ਪ੍ਰਸ਼ਾਸਨ ਵੱਲੋਂ ਕਿਸਾਨਾਂ ਲਈ ਠੋਸ ਪ੍ਰਬੰਧ ਕੀਤੇ ਗਏ ਹਨ। ਬੈਰੀਕੇਡਾਂ, ਕੰਡਿਆਲੀ ਤਾਰਾਂ ਅਤੇ ਸੁਰੱਖਿਆ ਕਰਮਚਾਰੀਆਂ ਨਾਲ 3 ਪੱਧਰੀ ਸੁਰੱਖਿਆ ਘੇਰਾ ਤਿਆਰ ਕੀਤਾ ਗਿਆ ਹੈ। ਉੱਧਰ ਦੂਸਰੇ ਪਾਸੇ ਪੰਜਾਬ ਦੇ ਵਿੱਚ ਕਿਸਾਨਾਂ ਨੇ ਵੀ ਪੂਰੀ ਤਿਆਰੀ ਕੱਸੀ ਹੋਈ ਹੈ ਅਤੇ ਉਹਨਾਂ ਕਿਹਾ ਹੈ ਕਿ ਸਾਨੂੰ ਕਿਸੇ ਵੀ ਮੌਕ ਡਰਿਲ ਜਾਂ ਪੁਲਿਸ ਦੀ ਤਿਆਰੀ ਦੀ ਕੋਈ ਵੀ ਪਰਵਾਹ ਨਹੀਂ ਹੈ, ਅਸੀਂ ਡਬਲ ਤਿਆਰੀ ਕੀਤੀ ਹੋਈ ਹੈ। ਕਿਸਾਨਾਂ ਵੱਲੋਂ ਆਪਣੇ ਟਰੈਕਟਰਾਂ ਦੇ ਟਰਾਲੀਆਂ ਦੇ ਵਿੱਚ ਜਿੱਥੇ ਕਈ ਦਿਨਾਂ ਦਾ ਰਾਸ਼ਨ ਲੈ ਕੇ ਜਾਇਆ ਜਾ ਰਿਹਾ ਹੈ, ਉੱਥੇ ਨਾਲ ਹੀ JCB ਮਸ਼ੀਨਾਂ ਵੀ ਖੜੀਆਂ ਜਾ ਰਹੀਆਂ ਹਨ ਤਾਂ ਜੋ ਰਸਤੇ 'ਚ ਲਗਾਏ ਗਏ ਵੱਡੇ ਪੱਥਰਾਂ ਨੂੰ ਹਟਾਇਆ ਜਾ ਸਕੇ। ਬਟਾਲਾ ਜ਼ਿਲ੍ਹਾ ਪ੍ਰਧਾਨ ਨੌਜਵਾਨ ਸੰਘਰਸ਼ ਕਮੇਟੀ, ਬਿਲਕੁਲ ਜੀ ਤੁਹਾਨੂੰ ਦਿਖ ਨਹੀਂ ਡਿਆ ਜੀ, ਤਿਆਰੀ ਪੂਰੀ ਦੇ ਨਾਲ ਜਾ ਰਹੇ ਹਾਂ, ਮੂੰਹ ਤੋੜਨ ਦਾ ਜਵਾਬ ਦੇਵਾਂਗੇ ਸਰਕਾਰ ਨੂੰ, ਦਿੱਲੀ ਕੂਚ ਕਰਾਂਗੇ ਜੀ। JCB ਲੈ ਕੇ ਜਾ ਰਹੇ ਹੋ? JCB ਲੈ ਕੇ ਜਾ ਰਹੇ ਹਾਂ, ਸੰਗਲ ਲੈ ਕੇ ਜਾ ਰਹੇ ਹਾਂ, 150 ਹੌਸ ਪਾਵਰ ਦੇ ਟਰੈਕਟਰ ਲੈ ਕੇ ਜਾ ਰਹੇ ਹਾਂ। ਜਿਹੜਾ ਮੋਦੀ ਸਰਕਾਰ ਨੇ ਵੱਡੇ ਵੱਡੇ ਬੈਰੀਕੇਡ ਲਾਏ, ਉਹਨਾਂ ਤੋੜਨ ਲਈ ਬਿਲਕੁਲ ਪੂਰਾ ਇੰਤਜ਼ਾਮ ਲੈ ਕੇ ਜਾ ਰਹੇ ਹਾਂ ਜੀ। ਸਰਕਾਰ ਆਪਣੇ ਵਾਅਦੇ ਨੂੰ ਮੁੱਕਰਦੀ ਪਈ ਹੈ, ਬਿਲਕੁਲ ਜੀ, ਜਿਹੜੀ ਵੀ ਸਰਕਾਰ ਆਉਂਦੀ ਆ ਉਹ ਕਿਸਾਨਾਂ ਨੂੰ ਹੀ ਖਾਣ ਵਾਸਤੇ ਆਉਂਦੀ ਆ ਅਤੇ ਅਡਾਨੀਆਂ ਅੰਬਾਨੀਆਂ ਦੇ ਘਰ ਭਰਨ ਵਾਸਤੇ ਆਉਂਦੀ ਆ। ਵੱਡੇ ਵੱਡਿਆਂ ਦੇ ਜਮਰਾ ਕਰਜ਼ ਮਾਫ਼ ਕਰ ਰਹੀ ਆ ਅਤੇ ਕਿਸਾਨਾਂ ਦੇ ਨਾਲ ਧੱਕਾ ਕਰ ਰਹੀ ਆ। ਵੇਖੋ ਤੁਸੀਂ, ਇਹਨਾਂ ਨੇ ਹਰਿਆਣੇ ਦੇ ਉੱਤੇ ਪਾਕਿਸਤਾਨ ਅਤੇ ਇੰਡੀਆ ਦਾ ਬਾਰਡਰ ਬਣਾ ਦਿੱਤਾ ਆ। ਕੀ ਅਸੀਂ ਪ੍ਰਧਾਨ ਮੰਤਰੀ ਨੂੰ ਮਿਲ ਸਕਦੇ? ਸਾਡੀਆਂ ਹੀ ਵੋਟਾਂ ਨਾਲ ਪ੍ਰਧਾਨ ਮੰਤਰੀ ਬਣਿਆ ਤਾਂ ਸਾਨੂੰ ਹੀ ਮਿਲ ਤੋਂ ਰੋਕਿਆ ਜਾ ਰਿਹਾ ਆ। ਬਿਲਕੁਲ ਜੀ, ਤੁਹਾਡੇ ਸਾਹਮਣੇ ਤਿਆਰੀ ਜੀ, ਵੇਖੋ ਜੀ, ਸੈਂਕੜੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਟਰੈਕਟਰ ਟਰਾਲੀਆਂ ਲੈ ਕੇ ਜਾ ਰਹੇ ਹਾਂ। ਨੌਜਵਾਨ ਸੰਘਰਸ਼ ਕਮੇਟੀ ਵੱਲੋਂ ਨੌਜਵਾਨਾਂ ਦੇ ਵਿੱਚ ਪੂਰਾ ਜੋਸ਼ ਹੈ ਅਤੇ ਪੂਰੇ ਜੋਸ਼ ਜੋਸ਼ ਨਾਲ ਜਾ ਰਹੇ ਹਾਂ ਜੀ। ਸੂਬਾ ਪ੍ਰਧਾਨ ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਪੰਜਾਬ, ਅਸੀਂ JCB ਤਾਂ ਲੈ ਕੇ ਜਾ ਰਹੇ ਹਾਂ, ਹਰਿਆਣੇ ਦੀ ਖੱਟਰ ਸਰਕਾਰ ਨੇ ਜਿਹੜਾ ਪੰਜਾਬ ਅਤੇ ਹਰਿਆਣੇ ਦਾ ਲਿੰਕ ਤੋੜਿਆ ਆ, ਥਾਂ ਥਾਂ ਤੋਂ ਬੈਰੀਕੇਡ ਕੀਤੀ ਆ, ਉਹ ਜਿਹੜੇ ਬੈਰੀਕੇਡ ਹਟਾ ਕੇ ਆਮ ਪਬਲਿਕ, ਆਮ ਜਨਤਾ ਦੇ ਜਿਹੜਾ ਰਸਤੇ ਬੰਦ ਕੀਤੇ ਨੇ, ਲੋਕ ਖਜਲ ਖੁਆਰ ਹੋ ਰਹੇ ਨੇ, ਉਹ ਰਸਤੇ ਜਿਹੜੇ ਅਭਾਲ ਕਰਨ ਵਾਸਤੇ ਅਸੀਂ JCB ਲੈ ਕੇ ਜਾ ਰਹੇ ਹਾਂ, ਤਾਂ ਕਰਕੇ ਇਹ ਸਾਰਾ ਕੁਛ ਹੋ ਰਿਹਾ। 50 ਤੋਂ ਪਲੱਸ ਟਰਾਲੀਆਂ ਜਿਹੜੀਆਂ ਅਸੀਂ ਇਸ ਟਾਈਮ ਲੈ ਕੇ ਜਾ ਰਹੇ ਹਾਂ, ਔਰ ਰੋਜ਼ ਦੇ ਰੋਜ਼ ਇਸੇ ਤਰ੍ਹਾਂ ਜਿਹੜੇ ਕਾਫਲੇ ਆ ਉਹ ਚੱਲਦੇ ਰਹਿਣਗੇ ਔਰ ਰੋਜ਼ ਦੇ ਰੋਜ਼ ਇਹ ਜਾਂਦੇ ਰਹਿਣਗੇ। ਵਧੀਆ ਗੱਲ ਹੈ, ਜੇ ਸਹੀ ਪੋਜ਼ੀਟਿਵ ਚੱਲ ਜੇ ਮੀਟਿੰਗ ਔਰ ਸਹੀ ਤਰੀਕੇ ਦੇ ਨਾਲ, ਜਿਵੇਂ ਉਹ ਅੰਦੋਲਨ ਜਿਹੜਾ ਆ ਖਤਮ ਵੀ ਕਰ ਸਕਦੀ ਹੈ ਸਰਕਾਰ, ਸਰਕਾਰ ਚਾਹੇ ਤਾਂ ਮੀਟਿੰਗਾਂ 'ਚ ਹੱਲ ਆ, ਟੇਬਲ 'ਤੇ ਹੱਲ ਆ, ਟੇਬਲ 'ਤੇ ਅੱਜ ਵੀ ਹੱਲ ਹੋ ਸਕਦਾ ਅਤੇ ਕੱਲ੍ਹ ਵੀ ਹੋ ਸਕਦਾ, ਜਦੋਂ ਮਰਜ਼ੀ ਸਰਕਾਰ ਕਹੇ ਹੱਲ ਤਾਂ ਟੇਬਲ 'ਤੇ ਨਿਕਲੂਗਾ। ਉੱਧਰ ਚੰਡੀਗੜ੍ਹ ਦੇ ਵਿੱਚ ਕਿਸਾਨ ਜਥੇਬੰਦੀਆਂ ਅਤੇ ਕੇਂਦਰੀ ਮੰਤਰੀਆਂ ਦੀ ਮੀਟਿੰਗ ਵੀ ਜਾਰੀ ਹੈ, ਜਿਸ 'ਤੇ ਸਾਰਿਆਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਕਿ ਆਖਿਰਕਾਰ ਉਸ ਦੇ ਵਿੱਚੋਂ ਕੀ ਫੈਸਲਾ ਹੁੰਦਾ ਹੈ, ਕਿ 13 ਫਰਵਰੀ ਦਾ ਕਿਸਾਨਾਂ ਦਾ ਕੂਚ ਦਿੱਲੀ ਵੱਲ ਨੂੰ ਜਾਰੀ ਰਹੇਗਾ ਜਾਂ ਫਿਰ ਕੇਂਦਰ ਸਰਕਾਰ ਕਿਸਾਨਾਂ ਨੂੰ ਖੁਸ਼ ਕਰਨ ਦੇ ਵਿੱਚ ਕਾਮਯਾਬ ਹੋਵੇਗੀ। ਨਿਊਜ਼ ਡੈਸਕ ਰਿਪੋਰਟ, ਪੰਜਾਬ ਟੂਡੇ।